ਆ ਪੀ ਲੋ ਦੁੱਧ ਜਿਹੜਾ ਪੀਨੇ ਜਾ ਕੇ ਆਪਾਂ, ਮਹਿੰਗੇ ਤੋਂ ਮਹਿੰਗਾ ਬ੍ਰਾਂਡਡ ਆ। ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਊਗਾ, ਦੇਖਦੇ ਜਾਇਓ। ਆ ਦੇਖੋ ਤੁਸੀਂ ਇਹ ਕੀ ਕੁਝ ਕਰੂਗਾ, ਦੇਖੋ ਹੁਣ ਇਹਨੇ ਕੀ ਕਰਿਆ। ਇਹਦੋਂ ਯੂਰੀਆ ਰੇਹ ਪਾਈ ਹੈ ਇਹਦੇ ਵਿੱਚ, ਦੇਖੋ ਇੰਨੀ ਯੂਰੀਆ ਰੇਹ ਪਾਊ, ਥੋੜ੍ਹੀ ਨਹੀਂ 3-4 ਕਿਲੋ ਯੂਰੀਆ ਰੇਹ ਪਾਊਗਾ ਇਹਦੇ ਵਿੱਚ। ਫਿਰ ਦੇਖੋ ਇਹ ਤੋਂ ਅੱਗੇ ਦੇਖਦੇ ਜਾਇਓ ਬਣੂਗਾ ਕਿ ਆਪਾਂ ਜਿਹੜਾ ਚੌੜੇ ਹੋ ਕੇ ਦੁੱਧ ਪੀਣੇ ਆ ਨਾ, ਵੀ ਹਾਂ ਜੇ ਆਪਾਂ ਖਾਂਦੇ ਹਾਂ ਮਿਲਕ ਸ਼ੇਕ ਜਾਂ ਹੋਰ ਆਪਾਂ ਰੰਗ ਬਰੰਗੇ ਖਾਂਦੇ ਹਾਂ ਉੱਥੋਂ ਕੁਲਫੀਆਂ ਵਗੈਰਾ ਚੌਕਲੇਟ ਵਗੈਰਾ। ਆਹ ਦੇਖੋ ਤੁਸੀਂ ਕੀ ਕਰੂਗਾ, ਆਹ ਹੁਣ ਇਹ ਪੈਕਟ ਖੋਲਿਆ ਆਪਣਾ, ਉਹਦਾ ਇਨੋ ਜੀ ਹੁੰਦੀ ਜਿਹੜੀ ਨਿੰਬੂ ਵਾਲੀ, ਦੇਖੋ ਪੈਕਟ ਨੂੰ ਘੋਲ ਰਿਹਾ ਇਹ ਚੰਗੀ ਤਰ੍ਹਾਂ। ਇਹਦੋਂ ਅੱਗੇ ਅੱਗੇ ਦੇਖਿਓ ਇਹ ਕਰੂਗਾ ਕੀ, ਐਂਡ ਤੱਕ ਵੀਡੀਓ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾ ਕੀ ਰਹੇ ਹਾਂ। ਥੋੜੀਆਂ ਅੱਖਾਂ ਖੋਲਣ ਲਈ ਵੀਡੀਓ ਆ ਇਹ, ਦੇਖਦੇ ਜਾਇਓ। ਆਹ ਦੇਖੋ ਦੇਖੋ ਇਹਦੇ 'ਚ ਆ ਕੀ ਹੋਰ ਪਾ ਰਿਹਾ ਹੈ, ਆਹ ਲਓ ਆਹ ਇੱਕ ਹੋਰ ਜ਼ਹਿਰ ਪਾਤਾ ਯੂਰੀਏ ਤੋਂ ਅੱਗੇ ਅਗਲਾ ਜ਼ਹਿਰ ਆ। ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ, ਆਹ ਲਓ ਪੀਲਾ ਕਰ ਲਿਆ ਇਹਨੂੰ। ਅਜੇ ਹੋਰ ਦੇਖਿਓ ਜੀ, ਨਹੀਂ ਅਜੇ ਇੱਥੇ ਨਹੀਂ ਖੜਦਾ ਇਹ ਆ ਦੇਖੋ ਇਹ ਲਓ ਜੀ ਆਹ ਰੰਗ ਪਾਤਾ ਇਹਦੇ ਵਿੱਚ ਹੋਰ, ਇਹ ਲਓ ਦੇਖੋ ਆਹ ਰੰਗ ਮਿਲਾਤਾ, ਲਓ ਰੰਗ ਇਹਦਾ ਹੋਰ ਪੀਲਾ ਰੰਗ ਕਰਤਾ, ਲਾਲ ਪੀਲਾ ਜਿਹਾ ਕਰਤਾ ਰੰਗ ਬਰੰਗਾ, ਲਓ ਦੇਖ ਲਓ ਦੇਖ ਲਓ ਤੁਸੀਂ ਇਹ ਲਓ ਇਦੂ ਗਾਹ ਲਓ ਜੀ। ਹੁਣ ਇਹਨੇ ਇਹ ਮਸ਼ੀਨਾਂ ਦੇ ਵਿੱਚ ਪਾ ਗਿਆ, ਹੁਣ ਤਾਂ ਦੇਖੋ ਉਹ ਲੱਗ ਗਿਆ ਇਹ ਅੱਗੇ ਪੈਣ ਜਾ ਕੇ, ਦੇਖ ਸਕਦੇ ਹੋ ਤੁਸੀਂ ਕੀ ਕਰ ਰਹੇ ਨੇ, ਦੇਖ ਸਕਦੇ ਹੋ ਤੁਸੀਂ ਆਹ ਦੇਖੋ ਲਓ ਇਹ ਲਓ ਇਹ ਹੁਣ ਤੁਹਾਡੀ ਭਰਾਵੋ ਜਿਹੜੀਆਂ ਆਪਾਂ ਬੱਚੇ ਨੂੰ ਕੁਲਫੀਆਂ ਖਵਾਉਣੀਆਂ ਕੁਲਫੀਆਂ ਤਿਆਰ ਹੋ ਗਈਆਂ। ਆਹ ਦੇਖ ਲਓ ਤੁਹਾਡੀ ਸਿਹਤ ਦਾ ਕਿੱਡਾ ਖਿਲਵਾੜ ਹੋਇਆ, ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪੋਤੜੇ ਖੁੱਲ ਜਾਣ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦੁਕਾਨਾਂ ਤੋਂ ਸਮਾਨ ਜ਼ਿਆਦਾ ਇਹ ਮਿਲਦਾ ਭਰਾਵੋ। ਆਹ ਦੇਖੋ ਪੈਕਿੰਗ ਹੋ ਗਈ, ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਦੁਕਾਨਾਂ ਤੋਂ ਇਹ ਸਮਾਨ ਮਿਲਦਾ, ਬੱਚੇ ਆਪਣੇ ਆਪਾਂ ਪੈਸੇ ਦੇ ਰਹੇ ਉੱਥੇ ਜਾ ਕੇ ਖਾਂਦੇ ਨੇ। ਆਹ ਦੇਖੋ ਪੈਕਟ ਤਿਆਰ ਹੋ ਗਿਆ, ਦੇਖ ਲਓ ਡੁਪਲੀਕੇਟ ਕੁਲਫੀ ਤੁਹਾਡੇ ਸਾਹਮਣੇ ਤਿਆਰ ਹੋਈ। ਵੀਡੀਓ ਜਿਹੜਾ ਸ਼ੇਅਰ ਨਹੀਂ ਕਰੂ ਉਹ ਮਾਂ ਦਾ ਪੁੱਤ ਨਹੀਂ। ਧੰਨਵਾਦ।